ਹਾਂ ਆਪਾਂ ਕੁੜੀ ਦਾ ਰਸਤਾ ਦੇਖਣ ਜਾਂਦੇ ਆ ਆਪਣੇ ਇੰਨੇ ਕੜਮੇ ਲੋਕ ਇੰਨੀ ਗੰਦੀ ਸੋਚ ਹੋ ਗਈ ਘਰੇ ਜਾਣ ਸਾਰ ਪਹਿਲਾਂ ਅਗਲੇ ਦੇ ਆਏ ਮਾਰਦੇ ਨਿਗਾ ਬਈ ਮੱਝਾਂ ਗਾਂਆਂ ਤਾਂ ਨਹੀਂ ਅੱਛਾ ਬਈ ਸਾਡੀ ਕੁੜੀ ਨੂੰ ਗੋਹਾ ਤਾਂ ਨਹੀਂ ਚੱਕਣਾ ਬੋਗਾ ਠੀਕ ਹੈ ਹਾਂ ਇਹ ਚੀਜ਼ ਬਈ ਜ਼ਰੂਰ ਹੋਵੇਂ ਦਾ ਪੁਰਾਣੇ ਸਮੇਂ ਚ ਜਾਂਦੇ ਸੀ ਪਹਿਲਾਂਵੇਂ ਦੇ ਸੀਗੇ ਚੂਹੇ ਫਿਰਦੇ ਆ ਹਾਂ ਚੂਹੇ ਤਾਂ ਦਾਣੇ ਇਹਨਾਂ ਦੇ ਘਰੇ ਠੀਕ ਹੈ ਗੁੜ ਕਿੰਨਾ ਪਿਆ ਸਵਾਹ ਚ ਬਾਜਰਾ ਕਿੰਨਾ ਪਿਆ ਕਿੰਨੇ ਬਾਲ ਦਾ ਬਾਲਦ ਵਧੀਆ ਉਹਦੋਂ ਬਾਲਦਾਂ ਦਾ ਕੰਮ ਹੁੰਦਾ ਸੀ ਸਾਰਾ ਹੁਣ ਤਾਂ ਹੁਣ ਅਗਲਾ ਚੱਲ ਟਰੈਕਟਰ ਵੇਖ ਲੈਂਦਾ ਠੀਕ ਆ ਪਸ਼ੂ ਤਾਂ ਨਵੇਂ ਨਾ ਸੀ ਬਈ ਅਗਲਾ ਹਰਿਆਣੇ ਚ ਬਈ ਮੁਕਾਬਲਾ ਸਾਡੇ ਇੰਨੇ ਵਾਲੀ ਮੱਝ ਸਾਡੇ ਇੰਨੇ ਵਾਲੀ ਆਪਣੇ ਕਿਹੜੀ ਚੀਜ਼ ਦਾ ਮੁਕਾਬਲਾ ਮੁੰਡਿਆਂ ਚ ਕੁੜੀਆਂ ਚ ਸਾਡੇ ਆਈਫੋਨ ਆਹ ਤੱਕੜੇ ਆ ਸਹੀ ਗੱਲ ਸਾਡਾ ਐ ਕੋਠੀ ਦੇ ਆ ਪੱਥਰ ਲੱਗਿਆ ਸਾਡੇ ਉਹ ਲੱਗਿਆ ਕੋਠੀਆਂ ਪਾਈ ਤਾਂ ਜਾਣਦੇ ਆ ਬਈ ਕੋਠੀਆਂ ਚ ਬੈਠੀ ਦਾ ਨਹੀਂ ਗਾ ਆਪਾਂ ਸ਼ਹਿਰ ਦੀ ਰੀਸ ਕਰ ਲੈਣ ਸ਼ਹਿਰ ਚ ਦਾ ਜ਼ਮੀਨ ਹੀ 100 200 ਗਾਜ ਹੁੰਦੀ ਆ ਉਹ ਤਾਂ 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 ਕਰਕੇ ਪਾਉਂਦੇ ਉੱਪਰ ਤੇ ਉੱਪਰ ਹਾਂ ਇਹ ਜੇ 100 ਬੰਦੇ ਨੇ ਫਾਰਮ ਕੀਤਾ 80 ਫੇਲ ਹੁੰਦੇ ਆ 20 ਕਾਮਯਾਬ ਹੁੰਦੇ ਆ ਕਾਮਯਾਬ 20 ਹੋਣਗੇ 20 ਹੋਣਗੇ ਉਹ ਕਿਉਂਕਿ ਬਈ ਦੇਖੋ ਦੇਖੀ ਵੀਡੀਓ ਵੇਖ ਲਈਆਂ ਬੱਕਰੀਆਂ ਲਿਆਂਦੀ ਕੋਈ ਪੌਣਾ ਨਹੀਂ ਕਰਨਾ ਲੈਣਾ ਨਹੀਂ ਦੇਣਾ ਨਹੀਂ ਆਉਂਦਾ ਠੀਕ ਹੈ ਕੁਝ ਵਪਾਰੀ ਹੁੰਦੇ ਆ ਕੁਝ ਦਲਾਲੀਬ ਜੀ ਹੁੰਦੇ ਆ ਉਹ ਮੰਨ ਲੈ ਡਬਲ ਬੱਕਰੀ ਦੇ ਦਿੰਦੇ ਆ 10000 ਵਾਲੀ ਜਿਹੜੀ 20000 ਚ ਦੇ ਦਿੰਦੇ ਆ ਠੀਕ ਹੈ ਉਹ ਬਈ ਖਰੀਦਣ ਵੇਲੇ ਠੱਗੇ ਜਾਂਦੇ ਆ ਤੇ ਉਸ ਤੋਂ ਬਾਅਦ ਉਹਨੂੰ ਫੇਰ ਮੈਂ ਕਹਿਣਾ ਵੀ ਮੇਰੀਆਂ ਬੱਕਰੀਆਂ ਰੱਖੀਆਂ ਐ ਤਾਂ ਤੁਹਾਨੂੰ ਜਾਣਕਾਰੀ ਦਿੱਤੀ ਐ ਫਿਰ ਉਹੀ ਰਿਸ਼ਤੇਦਾਰ ਜਿਹੜਾ ਕੱਚਾ ਧੂਆ ਮਾਰਦਾ ਅਗਲਾ ਕਹਿੰਦਾ ਜਰਾ ਪਤਾ ਇਹਨੂੰ ਕਹਿੰਦੇ ਸੀ ਮੁਸ਼ਕਲ ਹੁੰਦਾ ਉਹ ਆਉਂਦਾ ਹਾਂ ਤੇ ਹੁਣ ਬਈ ਐ ਬੱਕਰੀਆਂ ਵਾਲਾ ਬਹੁਤ ਕੰਮ ਕੱਢਦੇ ਆ ਪੰਜਾਬ ਪੁਲਿਸ ਵਾਲਿਆਂ ਨੂੰ ਵੀ ਰਖਾ ਰਹੇ ਹੋਗੇ ਬਹੁਤ ਬਈ ਮੁੰਡੇ ਮੇਰੇ ਨਾਲ ਦੇ ਹਾਂ ਕਿਉਂਕਿ ਹਰੇਕ ਜਿਹੜਾ ਮਲਾਜ਼ਮ ਹੁੰਦਾ ਹੈ ਜਿਹੜਾ ਮਲਾਜ਼ਮ ਵੀਰ ਹੋਊਗਾ ਨਾ ਉਹ ਸ਼ਰਮ ਨਹੀਂ ਕਰਦਾ ਕੰਮ ਕਰਨ ਦੀ ਤੁਸੀਂ ਇਹ ਨੋਟ ਕਰ ਲਓ ਜੇ ਜਦੋਂ ਫੌਜੀ ਰਿਟਾਇਰ ਹੋ ਕੇ ਆਊਗਾ ਉਹਨੇ ਆ ਕੇ ਜਾਂ ਢਾਬਾ ਖੋਲ ਲੈਣਾ ਜਾਂ ਉਹਨੇ ਕੋਈ ਪੰਗਾ ਲੈਣਾ ਹੀ ਲੈਣਾ ਲੈਣੀ ਲੈਣਾ ਕੋਈ ਉਹਨੇ ਸਬਜ਼ੀ ਵੇਚਣ ਲੱਗ ਗਿਆ ਨਾ ਜਾਂ ਉਹਨੇ ਕੋਈ ਨਰਸਰੀ ਖੋਲ੍ਹ ਲਈ ਜਾਂ ਕੁਝ ਵੀ ਉਹ ਸ਼ਰਮ ਨਹੀਂ ਮੰਨਦਾ ਕਿਉਂਕਿ ਉਹਨੇ ਸਾਰੇ ਬਾਤਾਂ ਦਾ ਬਈ ਪਾਣੀ ਪੀਤਾ ਹੁੰਦਾ ਹਾਂ ਠੀਕ ਹੈ ਉਹ ਦੁਨੀਆ ਕਿੱਥੇ ਵੱਸਦੀ ਆ ਹਾਂ ਕੰਮ ਕਿਵੇਂ ਆ ਕਿਵੇਂ ਕੰਮ ਦਾ ਉਹ ਰੇੜੀ ਲਾਉਣ ਲੱਗਿਆ ਹੁਣੀ ਬਈ ਸ਼ਰਮ ਮੰਨਦਾ ਠੀਕ ਹੈ ਹਾਂ ਜੀ ਸਾਡਾ ਕੰਮ ਹੈ ਇਹ ਚ ਹੁਣ ਜਿਹੜੇ ਨੌਜਵਾਨ ਅਗਲਾ ਕਹਿੰਦਾ ਯਾਰ ਅਸੀਂ ਕੀ ਰੱਖਾਂਗੇ ਯਾਰ ਇਹ ਆਪਾਂ ਨੂੰ ਕੀ ਸਟੇਟਸ ਦਾ ਨਾ ਅੱਗੇ ਕਹਿੰਦੇ ਬੱਕਰੀਆਂ ਦਾ ਵਿਆਹ ਨਹੀਂ ਹੁੰਦਾ ਸਾਡੇ ਜ਼ਿੰਮੇਦਾਰ ਤਾਂ ਕਿ ਬਈ ਅੱਜ ਇੱਕ ਹੋਰ ਗੱਲ ਦੱਸ ਦਿੰਨਾ ਹਾਂ ਆਪਾਂ ਕੁੜੀ ਦਾ ਰਸਤਾ ਦੇਖਣ ਜਾਂਦੇ ਆ ਆਪਣੇ ਇੰਨੇ ਕੜਮੇ ਲੋਕ ਇੰਨੀ ਗੰਦੀ ਸੋਚ ਹੋ ਗਈ ਘਰੇ ਜਾਣ ਸਰ ਪਹਿਲਾਂ ਅਗਲੇ ਦੇ ਆਏ ਮਾਰਦੇ ਨਿਗਾ ਬਈ ਮੱਜਾਂ ਗਾਇਆਂ ਤਾਂ ਨਹੀਂ ਅੱਛਾ ਬਈ ਸਾਡੀ ਕੁੜੀ ਨੂੰ ਗੋਹਾ ਤਾਂ ਨਹੀਂ ਚੱਕਣਾ ਪਊਗਾ ਠੀਕ ਹੈ ਹਾਂ ਇਹ ਚੀਜ਼ ਬਈ ਜ਼ਰੂਰ ਹੋਵੇਂ ਦਾ ਪੁਰਾਣੇ ਸਮੇਂ 'ਚ ਜਾਂਦੇ ਸੀ ਪਹਿਲਾਂਵੇਂ ਦੇ ਸੀਗੇ ਚੂਹੇ ਫਿਰਦੇ ਆ ਹਾਂ ਚੂਹੇ ਆ ਤਾਂ ਦਾਣੇ ਇਹਨਾਂ ਦੇ ਘਰੇ ਠੀਕ ਹੈ ਗੁੜ ਕਿੰਨਾ ਪਿਆ ਸਵਾਦ 'ਚ ਬਾਜਰਾ ਕਿੰਨਾ ਪਿਆ ਕਿੰਨੇ ਬਾਲ ਦਾ ਬਾਲਦ ਵਧੀਆ ਉਹ ਤੋਂ ਬਾਲਦਾਂ ਦਾ ਕੰਮ ਹੁੰਦਾ ਸੀ ਸਾਰਾ ਉਹ ਤਾਂ ਹੋਣਾ ਅਗਲਾ ਚੱਲ ਟਰੈਕਟਰ ਵੇਖ ਲੈਂਦਾ ਠੀਕ ਆ ਪਸ਼ੂ ਤਾਂ ਨਵੇਂ ਦਾ ਸੀ ਬਈ ਅਗਲਾ ਹੂੰ ਜੇ ਪਸ਼ੂ ਆ ਤਾਂ ਪਤਾ ਬਈ ਇਹ ਪਰਿਵਾਰ ਦੀ ਖਰਾਕ ਵੀ ਚੰਗੀ ਐ ਸਾਡੀ ਕੁੜੀ ਵੀ ਵਧੀਆ ਇੱਥੇ ਰਹੂਗੀ ਦੁੱਧ ਦਹੀਂ ਸਾਰਾ ਕੁਝ ਖਾਊਗੀ ਪੀਊਗੀ ਅੱਗੇ ਕਹਿਣ ਦੀ 700 ਹੋਵੇ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਹਾਂ ਹੁਣ ਬਈ ਕਹਿ ਦਿੰਦੇ ਆ ਚੰਗੀ ਹੋਵੇ ਮਾੜੀ ਹੋਵੇ ਸਸਤੇ ਸੌਹਰਾ ਹੋਣ ਹੀ ਨਾ ਕੱਲਾ ਮੁੰਡਾ ਹੀ ਚਾਹੀਦਾ ਸਾਨੂੰ ਸਹੀ ਗੱਲ ਨਾ ਤਾਂ ਕੋਈ ਮੱਝਾਂ ਹੋਵੇ ਘਰੇ ਹਾਂ ਤੇ ਨਾ ਕੋਈ ਹੋਵੇ ਸੱਸ ਸਹੁਰਾ ਇਕੱਲਾ ਮੁੰਡਾ ਹੋਵੇ ਬਸ ਇੰਨੇ ਗਿਰਗੇ ਲੋਕ ਇੰਨੀ ਗੰਦੀ ਇਹਨਾਂ ਦੀ ਸੋਚ ਆ ਲੋਕਾਂ ਦੀ ਖਾਣਾ ਪੀਣਾ ਚੱਲਿਆ ਚਾਹੀਦਾ ਡੰਗਰ ਚਾਹੀਦਾ ਨਹੀਂ ਹਾਂ ਲੋਕੋ ਕਮੈਂਟ ਆਉਣਗੇ ਜਿਹਦੇ ਬਈ ਦੁੱਧ ਦਹੀਂ ਹੈ ਨਹੀਂ ਘਰੇ ਹਾਂ ਉਹ ਮੁੰਡਾ ਕੀ ਕਰ ਦੂਗਾ ਸਹੀ ਗੱਲ ਸਾਨੂੰ ਕੋਈ ਕੁੜੀ ਨੂੰ ਛੋਟੀ ਨੂੰ ਛੇੜੀ ਜਾਂਦਾ ਆਹ ਚੋ ਜਾਂਦਾ ਬੜਾ ਚਾਰ ਮਾਰੂ ਬਈ ਚਪੇੜੇ ਸਹੀ ਗੱਲ ਆ ਠੀਕ ਆ ਜੇ ਖਰਾਕ ਆ ਉਹਦੀ ਕਿਹਾ ਉਹ ਦੁੱਧ ਦਾ ਗਾਂ ਜਵਾਕ ਵਧੀਆ ਉਹ ਮੰਨ ਲਾ ਹੋਣਗੇ ਹਾਂ ਜੇ ਪਾਉ ਦਾ ਵਧੀਆ ਕੱਟਿਆ ਜਾਊਗਾ ਜੇ ਉਹਨੂੰ ਵਿਚਾਰੀ ਨੂੰ ਕੋ ਖਵਾਈ ਨਾ ਉਹ ਕੀ ਉਹ ਪ੍ਰੇਟ ਹੀ ਹੋਣਗੇ ਵੱਡੇ ਪ੍ਰੇਸ਼ਨ ਨਹੀਂ ਹੋਣਗੇ ਸਹੀ ਗੱਲ ਹੈ ਇਹ ਚੀਜ਼ਾਂ ਬਾਈ ਜਿਹੜਾ ਪਸ਼ੂ ਤੰਨ ਇਹ ਸੋਚ ਆ ਆਪਦੀ ਪਾਕਿਸਤਾਨ 'ਚ ਹਜੇ ਵੀ ਬਾਈ ਚਲੋ ਕਿਵੇਂ ਮਰਜੀ ਆਓ ਉਹਨਾਂ ਨੇ ਆਪ ਦਾ ਪਸ਼ੂ ਤੰਨ ਸਾਹਮਣੇ ਰੱਖਿਆ ਪਸ਼ੂ ਸਾਰੇ ਮੱਜਾਂ ਗੰਗਾ ਉਹਨਾਂ ਦਾ ਮੁਕਾਬਲਾ ਹਰਿਆਣੇ ਚ ਬਾਈ ਮੁਕਾਬਲਾ ਹੂੰ ਸਾਡੇ ਇੰਨੇ ਵਾਲੀ ਮੱਜ ਸਾਡੇ ਇੰਨੇ ਵਾਲੀ ਆਪਣੇ ਕਿਹੜੀ ਚੀਜ਼ ਦਾ ਮੁਕਾਬਲਾ ਮੁੰਡਿਆਂ ਚ ਕੁੜੀਆਂ ਚ ਸਾਡੇ ਆਈਫੋਨ ਆਹ ਤੱਕੜੇ ਆ ਸਹੀ ਗੱਲ ਸਾਡਾ ਐ ਕੋਠੀ ਦੇ ਆ ਪੱਥਰ ਲੱਗਿਆ ਸਾਡੇ ਉਹ ਲੱਗਿਆ ਕੋਠੀਆਂ ਪਾਈ ਤਾਂ ਜਾਣਦੇ ਆ ਬਾਈ ਕੋਠੀਆਂ ਚ ਬੈਠੀ ਦਾ ਨਹੀਂ ਗਾ ਆਪਾਂ ਸ਼ਹਿਰ ਦੀ ਰੀਸ ਕਰ ਲੈਣ ਸ਼ਹਿਰ ਚ ਦਾ ਜ਼ਮੀਨ ਹੀ 100 200 ਗਾਜ ਹੁੰਦੀ ਆ ਉਹ ਤਾਂ 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 ਕਰਕੇ ਪਾਉਂਦੇ ਉੱਪਰ ਤੇ ਉੱਪਰ ਹਾਂ ਆਪਣੇ ਕੋਲ ਦੋ ਦੋ ਤਿੰਨ ਤਿੰਨ ਕਨਾਲਾਂ ਦੇ ਘਰ ਆ ਬਾਈ ਆਪਾਂ ਕਿਉਂ ਐਵੇਂ ਖੁੱਡੇ ਦੇ ਵਿੱਚ ਤਾਂ ਤਾੜੇ ਹੋਏ ਆ ਉਹ ਸ਼ਹਿਰਾਂ ਵਾਲੇ ਤਾਂ ਬਈ ਹਰੇ ਕਮਰੇ ਚ ਏਸੀ ਲਾਉਂਦੇ ਆ ਮੁਰ ਕੇ ਆਪਣੇ ਪੱਖਾ ਲਾ ਲੈਂਦੇ ਆ ਜਾਂ ਕੂਲਰ ਹੋਮਸ ਬਣੀ ਜਾਂਦੀ ਆ ਫਿਰ ਹਾਰ ਕੇ ਜਿਹੜਾ ਕੋਈ ਪੁਰਾਣਾ ਦਰਵਾਜ਼ਾ ਦਰੂਜ ਜਾਂਦਾ ਉਹ ਚਾ ਕੇ ਬੈ ਜਾਂਦੇ ਕੋਠੀ ਪਾਈ ਦਾ ਕੀ ਫਾਇਦਾ ਹੋਇਆ ਬਈ ਸਹੀ ਗੱਲ ਆ ਇਹ ਬਈ ਹੌਲੀ ਹੌਲੀ ਆਪਦੇ ਪਸ਼ੂ ਧਨ ਸੰਭੋ ਸਰ ਨੂੰ ਵਧੀਆ ਬੱਕਰੀ ਪਾਲਣ ਦਾ ਧੰਦਾ ਠੀਕ ਹੈ ਜਿਹੜਾ ਕੋਈ ਕਹਿੰਦਾ ਮੇਰੀ ਕੰਡੀਸ਼ਨ ਡਾਊਨ ਆ ਜਾਂ ਕੋਈ ਮੈਂ ਗਰੀਬ ਆ ਜਾਂ ਕੁਛ ਵੀ ਇਹ ਬੱਕਰੀਆਂ ਰੱਖ ਲੈ ਬਈ ਗਰੀਬੀ ਇਹਦੀਆਂ 1-2 ਸਾਲਾਂ ਚ ਚੱਕ ਦਊਗੀ ਇਹ ਠੀਕ ਹੈ ਪਰ ਇਹ ਚ ਹੋਰ ਗੱਲ ਆ ਇਹ ਜੇ 100 ਬੰਦੇ ਨੇ ਫਾਰਮ ਕੀਤਾ 80 ਫੇਲ ਹੁੰਦੇ ਆ 20 ਕਾਮਯਾਬ ਹੁੰਦੇ ਆ ਕਾਮਯਾਬ 20 ਹੋਣਗੇ 20 ਹੋਣਗੇ ਉਹ ਕਿਉਂਕਿ ਬਈ ਦੇਖੋ ਦੇਖੀ ਵੀਡੀਓ ਵੇਖ ਲਈਆਂ ਬੱਕਰੀਆਂ ਦੀ ਕੋਈ ਪੌਣਾ ਨਹੀਂ ਕਰਨਾ ਲੈਣਾ ਨਹੀਂ ਦੇਣਾ ਨਹੀਂ ਆਉਂਦਾ ਠੀਕ ਹੈ ਕੁਝ ਵਪਾਰੀ ਹੁੰਦੇ ਆ ਕੁਝ ਦਲਾਲੀਏ ਜੀ ਹੁੰਦੇ ਆ ਉਹ ਮੰਨ ਲੈ ਡਬਲ ਬੱਕਰੀ ਦੇ ਦਿੰਦੇ ਆ 10000 ਵਾਲੀ ਜਿਹੜੀ 20000 ਚ ਦੇ ਦਿੰਦੇ ਆ ਠੀਕ ਹੈ ਉਹ ਬਈ ਖਰੀਦਣ ਵੇਲੇ ਠੱਗੇ ਜਾਂਦੇ ਆ ਮੁੜ ਕੇ ਨਹੀਂ ਉੱਠਦਾ ਬੰਦਾ ਹਾਂ ਆਪਣੇ ਕੋਲੋਂ ਟ੍ਰੇਨਿੰਗ ਲੈ ਕੇ ਜਾਓ ਇੱਥੋਂ ਛੋੜ ਦੇਣਾ ਕੋਈ ਰੁਪਏ ਦੀ ਠੱਗੀ ਮਾਰ ਕੇ ਕਹਿਦੀ ਠੀਕ ਹੈ ਨਾ ਅਸੀਂ ਇਹ ਕਹਨੇ ਆ ਕਿ ਟ੍ਰੇਨਿੰਗ ਸਾਥ ਲੋ ਬੱਕਰੀਆਂ ਵੀ ਸਾਥ ਲੋ ਸਾਥ ਹੀ ਚੰਗੀਆਂ ਮੈਲੀਆਂ ਸੀ ਬਾਈ ਕਿਸੇ ਟ੍ਰੇਨਿੰਗ ਵਾਲੇ ਨੂੰ ਬੱਕਰੀ ਨਹੀਂ ਦਿੰਦੇ ਠੀਕ ਹੈ ਮੰਗਦੇ ਬਹੁਤਾ ਕੱਲ ਟ੍ਰੇਨਿੰਗ ਖਤਮ ਹੋਈ ਐ ਇੱਥੇ ਆ ਇੱਕ ਮਿੰਟ ਚ ਅਸੀਂ ਸਾਰਾ ਸਫਾਇਆ ਕਰ ਸਕਦੇ ਸੀਗੇ ਸਹੀ ਗੱਲ ਆ ਉਹਨਾਂ ਨੂੰ ਦੱਸਤਾ ਬਈ ਪੰਜਾਬ ਚ ਕਿਹੜੇ ਕਿਹੜੇ ਬਾਈ ਪੰਮੇ ਕੋਲੇ ਆ ਚੰਗੀ ਬਲੱਡ ਲਾਈਨ ਠੀਕ ਹੈ ਬਾਈ ਕਿੰਗਰਾ ਬਈ ਨਿਸ਼ਾਨ ਕੋਲੇ ਬਰਬਰੀਆਂ ਆ ਆਪਦੇ ਜਿਹੜੇ ਬੰਦੇ ਅਸੀਂ ਅੱਖੀ ਪਰਖੇ ਆ ਸਾਨੂੰ ਪਤਾ ਹਰੇਕ ਜ਼ਿਲ੍ਹੇ ਚ ਆਹ ਬਈ ਇੱਥੇ ਬਰੀਡਰ ਆ ਇੱਥੇ ਉਹ ਤੋਂ ਬੱਕਰੀ ਕਰਾਸ ਕਰਾਉ ਜੇ ਆਪਾਂ ਸਾਰਾ ਬਈ ਉਹਨਾਂ ਨੂੰ ਭੇਜ ਦਿੰਨੇ ਆ ਸਹੀ ਗੱਲ ਆ ਐ ਨਹੀਂ ਕਹੀ ਜਾਂਦੇ ਬਈ ਆਪਦੇ ਨਾਰਾ ਮਾਰੀਓ ਮੇਰੇ ਕੋਲੋਂ ਹੀ ਮਿਲਦਾ ਬਈ ਮੇਰੇ ਕੋਲੋਂ ਹੀ ਮਿਲਦਾ ਸਹੀ ਗੱਲ ਉਹ ਕੰਮ ਹੈ ਨਹੀਂ ਟ੍ਰੇਨਿੰਗ ਲਓ ਵਧੀਆ ਚੰਗੇ ਥਾਂ ਤੋਂ ਲਓ ਅਸੀਂ ਨਹੀਂ ਕਹਿੰਦੇ ਸਾਡੇ ਕੋਲੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰੋ ਪੈਸਿਆਂ ਦੀ ਤਾਂ ਬਈ ਐ ਮੀਂਹ ਪਊਗਾ ਇੱਥੇ ਠੀਕ ਹੈ ਪਰ ਐਵੇਂ ਨਹੀਂ ਆ ਜਿਹੜਾ ਸੁਪਨੇ ਦਿਖਾਈ ਜਾਂਦੇ 5 ਦਿਨਾਂ ਚ 5 ਲੱਖ 10 ਲੱਖ ਇਹ ਨਹੀਂ ਬਈ 2-3 ਸਾਲ ਦੇਣੇ ਪੈਣੇ ਜੇ ਬਰੀਡਿੰਗ ਤੇ ਕੰਮ ਕਰਨਾ ਵੀ 2-3 ਸਾਲਾਂ ਚ ਫੇਰ ਪੀ ਆਉ ਹਾਂ ਇਹ ਨਹੀਂ ਮੰਡੀ ਤੋਂ 10 ਬੱਕਰੀਆਂ ਫੜ ਲੀਆਂ ਤੁਸੀਂ ਹਾਂ ਲਿਆਂਦੀਆਂ 6 ਮਹੀਨੇ ਰੱਖੀਆਂ ਐ ਰੇਟ ਚ ਤਾਂ ਘਟਾ ਹੈ ਹਾਂ 6 ਮਹੀਨਿਆਂ ਚ ਵੀਰੇ ਰਿਜ਼ਲਟ ਨਹੀਂ ਬੰਦਾ ਘੱਟੋ ਘੱਟ 2-2.5 ਸਾਲ ਹਾਂ ਸੋਡਾ ਇਹ ਇੱਕ ਸੂਏ ਚ ਸੋਡਾ ਖਰਚਾ ਸਾਰਾ ਮੋੜ ਲੱਗ ਜਾਂਦੀਆਂ ਜਿਹੜਾ ਖਾਣੀਆਂ ਲੇਬਰ ਦਾ ਖਰਚਾ A to Z ਉਹ ਇਹ ਵਾਪਸ ਕਰਨ ਲੱਗ ਜਾਂਦੀਆਂ ਠੀਕ ਹੈ ਤੇ ਫਾਰਮ ਵੱਧਦਾ ਵੀ ਬਹੁਤ ਛੇਤੀ ਬਾਈ ਇਹ 1.5 ਸਾਲ ਦੇ ਵਿੱਚ ਦੋ ਸੂਏ ਚੰਗੀ ਬੀਟਰ ਬੱਕਰੀ ਦੇ ਦਿੰਦੀ ਹੈ ਠੀ ਲੇ ਵੀ ਗੱਲਬਾਤ ਤਾਂ ਬਹੁਤ ਲੰਬੀ ਐ ਕਿਉਂਕਿ ਬਾਈ ਦੇ ਕੋਲ ਗੱਲਾਂ ਦਾ ਭੰਡਾਰ ਆ ਉਹ ਫੇਰ ਕਦੇ ਕਰਾਂਗੇ ਫਿਲਹਾਲ ਤੁਹਾਨੂੰ ਇੰਨੀ ਦੱਸਣਾ ਸੀ ਵੀ ਭਾਈ ਜੇ ਪੋਲਸਾਲਾ ਬੰਦਾ ਆਪਦੀ ਡਿਊਟੀ ਦੇ ਨਾਲ ਬੱਕਰੀਆਂ ਰੱਖ ਸਕਦਾ ਤੁਸੀਂ ਵੀ ਕਿਸੇ ਕਿੱਤੇ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਵੀ ਰੱਖ ਸਕਦੇ ਹੋ ਚੰਗੀ ਕਮਾਈ ਐ ਚੋਖੀ ਐ ਬਾਹਰ ਕਿੰਨੀ ਕੀ ਡਿਮਾਂਡ ਆ ਬਾਈ ਮੜਾ ਜੇ ਮੋਟਾ ਜੇ ਦੱਸੀ ਬਾਈ ਹੁਣ ਜੀ ਸਮੇਲਨ ਹੋਇਆ ਸਾਰਿਆਂ ਨੂੰ ਪਤਾ ਹੂੰ ਇਹਦੇ ਚ ਬਾਈ ਇਹੀ ਉਹਨਾਂ ਨੇ ਦੇਸ਼ਾਂ ਨੇ ਮਤਾ ਪਾਇਆ ਵੀ ਸਾਨੂੰ ਮਾਸ ਚਾਹੀਦਾ ਮੱਕਰੀ ਦਾ ਛੋਡੇ ਬਈ ਬੱਕਰੀਆਂ ਬਹੁਤ ਤਕੜੀਆਂ ਐ ਠੀਕ ਐ ਕਿਉਂਕਿ ਇੰਡੀਆ ਕਾਫੀ ਉਹ ਹੈਗਾ ਇੱਥੇ ਬੱਕਰੀ ਪਾਲਣ ਚ ਸਹੀ ਗੱਲ ਆ ਬਈ ਅਸੀਂ ਇਹ ਜੀ ਇੱਕ ਟ੍ਰੇਨ ਚਲਾਵਾਂਗੇ ਤੇ ਪੰਜਾਬ ਕੋਲੇ ਤਾਂ ਮੰਨੋ ਵੀ ਖਜ਼ਾਨੇ ਆ ਜੇ ਬਈ ਸੋਨੂੰ ਕੋਈ ਚੈਲੰਜ ਕਰਕੇ ਕਹਿੰਦਾ ਨਾ ਵੀ ਪੰਜਾਬ ਦੇ ਛੋਡੇ ਕੋਲੇ ਕੀ ਚੀਜ਼ ਆ ਸਭ ਤੋਂ ਵੱਡੀ ਤੁਸੀਂ ਬੱਕਰੀ ਆ ਬਈ ਆਪਣੇ ਕੋਲੇ ਇਕੱਲੀ ਪੰਜਾਬ ਚ ਹੋਰ ਕੋਸ ਨਹੀਂਗਾ ਪੰਜਾਬੀ ਬੀਠਲ ਬੱਕਰੀ ਐ ਅੰਮ੍ਰਿਤਸਰੀ ਬੱਕਰੀ ਠੀਕ ਐ ਦੁਨੀਆਂ ਤੇ ਨਾ ਦਾ ਐਡਾ ਕੋਈ ਕਦ ਕਾਠਾ ਬੱਕਰੀ ਦਾ ਨਾ ਇੰਨਾ ਕੋਈ ਵਜਨ ਆ ਦੁੱਧ ਚ ਹੁਣ ਉਹਨਾਂ ਨੇ ਚਲੋ ਕਰ ਕਰਕੇ ਕੋਈ ਆਪ ਦਾ ਇਧਰ ਉਧਰ ਦੁੱਧ ਆਪਣੇ ਨਾਂ ਵਧਾ ਲਿਆ ਪਰ ਆਪਣੇ ਥੋੜੀਆਂ ਘਾਟਾਂ ਕਰਕੇ ਦੁੱਧ ਚ ਦੁੱਧ ਚ ਵੀ ਸਭ ਤੋਂ ਬਈ ਦੁਨੀਆ ਦੀ ਬੈਸਟ ਬੱਕਰੀ ਆ ਇਹ ਆਪਣੇ ਕੋਲੇ ਬਈ ਇਹ ਪੰਡਾਰਾ ਇਹ ਆਪ ਨੂੰ ਗੋਡ ਗਿਫਟ ਆ ਤੇ ਬੱਕਰੀ ਆਪਣੇ ਬਈ ਕਿਸੇ ਦੇ ਘਰੇ ਹੈ ਨਹੀਂਗੀ ਠੀਕ ਹੈ ਜੀ ਹਾਂ ਇਹ ਚੀਜ਼ ਆ ਬਈ ਇਹਦਾ ਬਹੁਤ ਗੁਣਕਾਰੀ ਕੰਮ ਆ ਤੇ ਆਪਣ ਪੰਜਾਬ ਚ ਜਿਹੜਾ ਬਈ ਜੀ ਸਮੇਲਨ ਚ ਹੁਣ ਉਹਨਾਂ ਨੇ ਇੱਕ ਰੂਟ ਬਣਾਇਆ ਉਹ ਕਹਿੰਦੇ ਸਾਨੂੰ ਆਹ ਰੂਟ ਚ ਅਸੀਂ ਸਾਨੂੰ ਟਰਾਂਸਪੋਰਟ ਦੇਵਾਂਗੇ ਇਹਦਾ ਜਿਹੜਾ ਪਵੈਖਾ ਬੱਕਰੀ ਪਾਲਣ ਦਾ ਬਈ ਬਹੁਤ ਹਾਈ ਫਾਈ ਹੋਣ ਵਾਲਾ ਹੂੰ ਜਿਹੜਿਆ ਬੱਕਰੀਆ ਆਪਣੇ ਹੁਣ ਆਮ ਰੇਟਾਂ 'ਚ ਵਿਗਦੇ ਆ ਮੰਡੀਆਂ 'ਤੇ ਇਹ ਲੱਖਾਂ ਕਰੋੜਾਂ 'ਚ ਕੰਮ ਹੋ ਜਾਣਾ ਬਈ ਬੱਕਰੀਆਂ ਦਾ ਹਮ ਹੁਣ ਜੀਸ ਮੇਲਣ ਤੁਹਾਨੂੰ ਪਤਾ ਕਿੰਨੇ ਦੇਸ਼ਾਂ ਦੀ ਮੀਟਿੰਗ ਹੋਈ ਸੀ 20 ਦੇਸ਼ਾਂ ਦੀ ਸਹੀ ਗੱਲ ਆ ਉਹਨਾਂ ਨੇ ਸਾਰੇ ਦੇਸ਼ਾਂ ਨੇ ਕਿਉਂਕਿ ਉਹ 'ਚ ਜ਼ਿਆਦਾ ਅਰਬ ਮੁਸਲਮਾਨ ਦੇਸ਼ ਸੀਗੇ ਜ਼ਿਆਦੇ ਇੱਥੇ ਜ਼ਿਆਦਾ ਮੁਸਲਮਾਨ ਭਾਈਚਾਰਾ ਰਹਿੰਦਾ ਉਹ ਕਹਿੰਦੇ ਸਾਨੂੰ ਬਈ ਆਉਣ ਦਿਓ ਇਹ ਠੀਕ ਹੈ ਹਾਂ ਸਹੀ ਗੱਲ ਇਹਦਾ ਬੱਕਰੇ ਦਾ ਮੀਟ ਕਿਉਂਕਿ ਹੋਰ ਦੇਸ਼ਾਂ 'ਚ ਜਿਆਦਾ ਜਿਹੜਾ ਨਾ ਭੇਡਾਂ ਕੱਟੀਆਂ ਜਾਂਦੀਆਂ ਹੋਰ ਦੇਸ਼ਾਂ ਦੇ ਸਾਂਝ ਬਈ ਹੈਗਾ ਭੇਡਾਂ ਦੇ ਫਾਰਮ ਤੇ ਬੱਕਰਿਆਂ ਦਾ ਜਿਹੜਾ ਹੈਗਾ ਮੀਟ ਆਪਣੀ ਇੱਥੇ ਚੰਗਾ ਸਭ ਤੋਂ ਇੰਡੀਆ 'ਚ ਤੇ ਪੰਜਾਬ 'ਚ ਉਹ ਇਹਦਾ ਬਈ ਭਵਿੱਖ ਬੜਾ ਹਾਈ ਫਾਈ ਹੋਣ ਵਾਲਾ ਇਹਦਾ ਆਉਣ ਵਾਲੇ ਦਿਨਾਂ 'ਚ ਇੱਕ ਮੇਰੇ ਭਰਾਵਾਂ ਨੂੰ ਹੋਰ ਬੇਨਤੀ ਜਿਹੜੇ ਆਪ ਵਿੱਚ ਆਪਣੇ ਗਲੇ ਗੁੱਸੇ ਹਨ ਬੱਕਰੀਆਂ ਵਾਲਿਆਂ ਦੇ ਤੁਸੀਂ ਵੇਖਿਆ ਹੋਣਾ ਕਾਵਾਂ ਵਾਲੀ ਲੜਾਈ ਲੜਦੇ ਆ ਇਹ ਠੀਕ ਹੈ ਇਸ ਦੇ ਜਾਨਵਰ ਨੂੰ ਨਿੰਦਣਾ ਹਾਂ ਹੁਣ ਬਈ ਮੈਂ ਗਰੁੱਪ ਹੁੰਦੇ ਆ WhatsApp ਆਪਣੇ ਮੈਂ ਕਿਉਂ ਬਾਹਰ ਹੋਣਾ ਵਿਚ ਕੰਗਾਂ ਨੂੰ ਨਾ ਗਰੁੱਪਾਂ 'ਚ ਨਹੀਂ ਹੁੰਦੇ ਨਾ ਸਹੀ ਗੱਲ ਆ ਇਹ ਵੀ ਕਾਰਨ ਹੈਗਾ ਇਹਦਾ ਕੋਈ ਮੈਂ ਬਈ ਨਾ ਹਰ ਇੱਕ ਨੂੰ ਇੰਨਾ ਮੈਂ ਇਹ ਟ੍ਰੀਟ ਕਰਦਾ ਜਿਵੇਂ ਮੈਨੂੰ ਕੋਈ ਮਲਾਜਮ ਨਾ ਸਮਝ ਪੁਲਿਸ ਵਾਲਾ ਹਾਂ ਮੈਂ ਬਈ ਜਦੋਂ ਕੋਈ ਬੱਕਰੀਆਂ ਵਾਲਾ ਮੇਰੇ ਕੋਲ ਕਿਉਂਕਿ ਆਪਣੇ ਜਾਦੇ ਗਰੀਬ ਪਾਈਚਾਰੇ ਹੈਗੇ ਹਨਾ ਹਾਂ ਹਾਂ ਆਪਾਂ ਉਹਦੇ ਹਿਸਾਬ ਤੇ ਮੈਂ ਲੀੜੇ ਪਾਉਂਦਾ ਸੀਗਾ ਬਾਈ ਹੂੰ ਬਈ ਮੇਰੇ ਕੋਲੇ ਕੋਈ ਖੜਾ ਗਰੀਬ ਨਾ ਲੱਗੇ ਚਲੋ ਤਗੜਾ ਤਾਂ ਮੈਂ ਵੀ ਨਹੀਂ ਮੈਂ ਮੀਡੀਅਮ ਸ੍ਰੈਣੀ ਚੋਂ ਹੈਗਾ ਚਲੋ ਜ਼ਮੀਨ ਵੀ ਹੈਗੀ ਪੰਜ ਛੇ ਕਿੱਲੇ ਹਾਂ ਹਾਂ ਮੈਂ ਉਹਨਾਂ ਨੂੰ ਹਸਣਾ ਖੇਡਣਾ ਚਾਹ ਪਾਣੀ ਪਿਉਣਾ ਬਈ ਜਿੱਥੇ ਵੀ ਮੈਨੂੰ ਮਿਲਣਾ ਪਰ ਕਈ ਬੰਦਿਆਂ ਨੇ ਨਾ ਉਹ ਚ ਗਲਤ ਅੰਦਾਜ਼ਾ ਲਾ ਲਿਆ ਬਾਹ ਫੜਦੇ ਵਾਲਾ ਓਏ ਓਏ ਐਂ ਬੁਲਾਉਂਦੇ ਸੀਗੇ ਠੀਕ ਹੈ ਵਿੱਚ ਕਈਆਂ ਨੂੰ ਬੋਲਣ ਦੀ ਅਕਲ ਨਹੀਂ ਸੀ ਗੱਲ ਹੋਰ ਦੀ ਹੁੰਦੀ ਸੀ ਮੈਨੂੰ ਖਿੱਚ ਲੈਂਦੇ ਸੀ ਠੀਕ ਹੈ ਫਿਰ ਮੇਰਾ ਹੈਗਾ ਆਪਦੀ ਡਿਊਟੀ ਦਾ ਕੰਮ ਮੈਂ ਸਾਰੇ ਬਈ ਗਰੁੱਪ ਛੱਡਤੇ ਤਾਂ ਹੀ ਛੱਡੇ ਸੀ ਇਹ ਇੱਕ ਕੀ ਹੈ ਗਰੁੱਪਾਂ ਦੇ ਵਿੱਚ ਬਈ ਇੱਕ ਦੂਜੇ ਦੇ ਜਾਨਵਰਾਂ ਨੂੰ ਨਿੰਦੀ ਜਾਂਦੇ ਆ ਠੀਕ ਹੈ ਆਪ ਦਾ ਜਾਨਵਰ ਬੈਸਟ ਵਿਖਾ ਦਿੰਦੇ ਆ ਹੁਣ ਬਈਆ ਕੰਗ ਦੀਆਂ ਬੱਕਰੀਆਂ ਕੰਗ ਸਾਹਿਬ ਦੀਆਂ ਠੀਕ ਹੈ ਇਹ ਮਾੜੀਆਂ ਚੰਗੀਆਂ ਇਹ ਕੰਗ ਸਾਹਿਬ ਨੂੰ ਇਹਦਾ ਉਹ ਆ ਹਮ ਆਪ ਨੂੰ ਤਾਂ ਕੋਈ ਨਹੀਂ ਨੁਕਸਾਨ ਵੀ ਨਹੀਂ ਦਾ ਆਪਣਾ ਫਾਇਦਾ ਵੀ ਕੋਈ ਨਹੀਂ ਠੀਕ ਹੈ ਤੇਰੇ ਘਰੇ ਬੱਕਰੀ ਖੜੀ ਆ ਬੋਖ ਖੜਾ 42 ਇੰਚ ਦਾ ਖੜਾ 38 ਦਾ ਖੜਾ 25 ਦਾ ਖੜਾ ਇਹ ਲਈ ਚੰਗਾ ਉਹ ਤੁਹਾਡੇ ਆਸਤੇ ਹੈ ਜੀ ਜੀ ਤੁਸੀਂ ਆਪ ਦੀ ਜੇਬ ਦੇ ਹਿਸਾਬ ਨਾਲ ਵੀ ਖਰਚਾ ਕਰਦੇ ਆ ਉਹ ਤੇ ਠੀਕ ਹੈ ਹੁਣ ਮੈਂ ਮੈਂ ਕਹਦਾ ਮੇਰੇ ਕੋਲ 45 ਇੰਚ ਦਾ ਇਰਤੇ ਦੇ ਜਾਨਵਰ ਬੇਕਾਰ ਆ 40 ਇੰਚ ਵਾਲੇ ਤੂੰ ਆਪ ਦੀ ਹਸਤੀ ਦੇ ਆਪ ਦੀ ਜੇਬ ਦੇ ਹਿਸਾਬ ਨਾਲ ਤੂੰ ਜਾਨਵਰ ਭਰਾ ਬਣ ਕੇ ਬੇਨਤੀ ਆ ਕਿਸੇ ਦੇ ਜਾਨਵਰ ਨੂੰ ਨਿੰਦੋਣਾ ਠੀਕ ਹੈ ਕਿਸੇ ਦੇ ਜਾਨਵਰ ਨੂੰ ਮਾੜਾ ਨਾ ਬੋਲੋ ਹੌਸਲਾ ਦਿਓ ਬਈ ਤੂੰ ਘੱਟ ਸਾਧਨਾਂ ਦੇ ਵਿੱਚ ਇੰਨਾ ਵਧੀਆ ਮਾਲ ਭਲਾਂਦੀ ਉਹ ਜਮਾਂ ਯਾਰ ਦੇਸੀ ਐ ਪਰ ਉਹਨੂੰ ਇੰਨਾ ਹੌਸਲਾ ਦੇ ਦਿਓ ਵਿਚਾਰਾ ਉਹਨੂੰ ਹੋਰ ਗਾਂਹ ਕਰੇ ਕੰਮ ਛੱਡੇ ਨਾ ਦੇਸੀ ਚੋ ਵੀ ਕੰਮ ਜਾ ਉਹ ਹਾਂ ਕੰਮ ਜਾ ਬੂਵੇ ਉਹਨੂੰ ਹੌਸਲਾ ਦਿਓ ਯਾਰ ਇੱਕ ਦੂਜੇ ਦਾ ਸਾਥ ਦਿਓ ਲੋਕਾਂ ਚ ਐਡਾ ਸਾੜਾ ਯਾਰ ਇੱਕ ਦੂਜੇ ਚ ਹੁਣ ਅਸੀਂ ਟ੍ਰੇਨਿੰਗ ਦਿੰਨੇ ਆ ਇੱਥੇ ਕਿਸੇ ਦੀ ਟ੍ਰੇਨਿੰਗ ਦੀ ਅਸੀਂ ਗੱਲ ਹੀ ਨਹੀਂ ਕਰਦੇ ਮਾੜੀ ਚੰਗੀ ਹਾਂ ਮੈਂ ਮੰਡੀ ਲਾਉਣਾ ਭਲਾਂਗਾਂ ਨੇ ਬੱਕਰਾ ਮੰਡੀ ਲੱਗਦੀ ਆ ਮੈਂ ਕਿਸੇ ਮੰਡੀ ਨੂੰ ਨਹੀਂ ਲੈੰਦਾ ਯਾਰ ਭਈ ਉਹ ਮੰਡੀ ਮਾੜੀ ਆ ਚੰਗੀ ਆ ਭਈ ਆਪ ਦਾ ਆਪ ਦਾ ਖਾਣਾ ਸਾਰਿਆਂ ਨੇ ਸਹੀ ਗੱਲ ਆ ਅਗਲਾ ਫਰਦਾ ਦੋ ਪੈਸਿਆਂ ਦਾ ਭਈ ਪਰ ਇਹ ਵੀ ਆ ਵਿੱਚ ਠੱਗੀਆਂ ਵੀ ਮਾਰਦੇ ਆ ਲੋਕ ਪਰ ਠੱਗੀ ਦੋਸਤੋ ਬਾੜਾ ਚੇਰ ਨਹੀਂ ਚੱਲਦੀ ਸਾਲਕ ਚ 6 ਮਹੀਨਿਆਂ ਚ ਬਈ ਭੰਡਾ ਤਾਂ ਹੋ ਜਾਂਦਾ ਸਹੀ ਗੱਲ ਆ ਠੀਕ ਆ ਜੇ ਤੁਸੀਂ ਇਮਾਨਦਾਰੀ ਨਾਲ ਚੱਲੋਂਗੇ ਹੂੰ ਰੁੱਖੇ ਪੂਰੇ ਠੋਕ ਕੇ ਸੌਦਾ ਕਰੋਂਗੇ ਠੋਕ ਕੇ ਮੈਂ ਮੈਂ ਅੱਜ ਤੱਕ ਜਾਨਵਰ ਸਸਤਾ ਨਹੀਂ ਲਿਆ ਕਿਸੇ ਤੋਂ ਠੀਕ ਆ ਨਾ ਕਿਸੇ ਦੀ ਮਜਬੂਰੀ ਦਾ ਹੂੰ ਜੇ ਦੂਜਾ 20 ਲਾਊਗਾ ਵਪਾਰੀ ਮੈਂ 21000 ਲਾਉਣਾ ਠੀਕ ਆ ਤਾਂ ਮੇਰੇ ਕੋਲੇ ਜਾਨਵਰ ਮੈਂ ਸਿਰੇ ਤੋਂ ਸਿਰਾਂ ਜਾਨਵਰ ਕਿਹੜੀ ਬਲੱਡ ਲੈਂਦਾ ਮੈਂ ਕੋਈ ਜਾਨਵਰ ਨਹੀਂ ਛੱਡਾ ਜਿਹੜਾ ਮੈਂ ਆਪਦੇ ਹੱਥੀਂ ਨਾ ਵੇਚਿਆ ਹੋਵੇ ਨਾ ਖਰੀਦਾ ਸਾਰੇ ਮੇਰੇ ਘਰੇ ਆ ਕੇ ਜਾਨਵਰ ਗਏ ਆ ਠੀਕ ਐ ਪਾਪਾ ਪੂਰੇ ਮੁੱਲ ਲਾਈਦਾ ਬਾਈ ਆ ਬਰਬਰੀਆਂ ਲੱਗੀਆਂ ਪਿਆ 10000 ਦਾ ਜੋੜਾ ਹੂੰ ਤੇ ਨਹੀਂ ਅਗਲਾ 12-13000 ਰੁਪਿਆ ਬਰਬਰੀ ਦੇ ਲਾਉਂਦਾ ਹੂੰ ਆਪਾਂ ਨੂੰ ਜਾਨਵਰ ਦੀ ਕਦਰ ਆ ਬਾਈ ਇਹ ਨਹੀਂ ਗਾ ਅੱਜ ਉਹ ਮਜਬੂਰੀ ਚ ਕੋਈ ਉਹਦੇ ਘਰੇ ਬਿਮਾਰ ਸ਼ਮਾਰ ਆ ਆਪਾਂ 25000 ਵਾਲੀ 15 ਦੀ ਲੈ ਲਓ ਸਹੀ ਗੱਲ ਉਹ ਤਾਂ ਬਾਈ ਨੀਂਦ ਹੀ ਨਹੀਂ ਆਉਣੀ ਮਨ ਦਾ ਰੋਟੀ ਨਹੀਂ ਚੰਗੀ ਲੱਗਣੀ ਹਾਂ ਉਹਨੂੰ ਸਮਾਂ ਦੀ 20 ਦਾ ਉਹਨੂੰ 21 ਦਿਓ ਜੇ ਜਿਹੜਾ ਬਈ ਮਾਲ ਵਾਲਾ ਬੰਦਾ ਜਾਂ ਕੋਈ ਵੀ ਆਈ.ਡੀ ਭਰਾ ਵੇਚਦਾ ਨਾ ਉਹ ਮਜਬੂਰੀ 'ਚ ਜਦੋਂ ਵਿਆਹ ਹੋਉਂਦਾ ਕੁੜੀ ਦਾ ਉਦੋਂ ਜ਼ਿਆਦੇ ਚੰਗੇ ਮਾਲ ਜਾਨਵਰ ਵੇਚਦਾ ਬਸ ਆਪਾਂ ਇਹੀ ਵੇਖੋ ਬਈ ਆਪਾਂ ਨੂੰ ਚੰਗੇ ਜਾਨਵਰ ਮਿਲ ਹੀ ਜਾਂਦੇ ਆ ਰੇਟ ਅਗਲੇ ਨੂੰ ਬਈ ਪੂਰਾ ਦਿਓ ਸਹੀ ਗੱਲ ਉਹ ਵੀ ਯਾਰ ਉਹਨਾਂ ਦੇ ਬੱਕਰੀਆਂ ਵਾਲਾ ਆਪਾਂ ਉਹਨਾਂ ਨੂੰ ਵੀ ਲੈ ਕੇ ਚੱਲਣਾ ਅੱਜ ਹੁਣ ਨਵੇਂ ਮੁੰਡੇ ਪੜੇ ਲਿਖੇ ਇਹ ਚ ਫਾਰਮ ਚ ਆ ਰਹੇ ਆ ਬਹੁਤ ਚੰਗਾ ਭੁੱਖਾ ਇਹਦਾ ਬੱਕਰੀ ਪਾਲਣ ਦਾ ਪਰ ਆਪਾਂ ਉਹ ਆਈ.ਡੀ ਵੀਰਾਂ ਨੂੰ ਵੀ ਜਿਹੜੇ ਮਾਲ ਚਾਰਦੇ ਆ ਜਾਦੇ ਐ ਸੀਬੀਸੀ ਭਾਈਚਾਰੇ ਨਾਲ ਆਪਾਂ ਉਹਨਾਂ ਨੂੰ ਵੀ ਨਾਮ ਲੈ ਕੇ ਚੱਲਣਾ ਯਾਰ ਸਹੀ ਗੱਲ ਜੇ ਉਹਦੇ ਕੋਲੇ ਬਰੀਡਰ ਹੈ ਨਹੀਂ ਆਪਣੇ ਕੋਲੇ ਪਿੰਡ ਚ ਚੰਗਾ ਬਰੀਡਰ ਆ ਉਹਦੀਆਂ ਇੱਕ ਦੋ ਬੱਕਰੀਆਂ ਖਰਾਾ ਦਿਓ ਯਾਰ ਹਾਂ ਇੱਕ ਅਦਾ ਮੀਹ ਉਹਨਾਂ ਦੇ ਦਿਦੋ ਘੱਟ 5000 ਚ ਦੇ ਦੂ ਮੀਹ ਉਹਨਾਂ ਯਾਰ ਉਹਨੂੰ ਸਹੀ ਗੱਲ ਉਹ ਬਰੀਡਰ ਰੱਖ ਲਈ ਜਦੋਂ ਬਰੀਡਰ ਆ ਗਿਆ ਬਈ ਸਾਰਾ ਕੁਝ ਪਲਟਾ ਵੱਜ ਜਾਣਾ ਹਾਂ ਬਰੀਡਰ ਨੇ ਦੋ ਤਿੰਨ ਸਾਲਾਂ ਚ ਉਹਦੀ ਬਰੀਡ ਚੰਗੀ ਕਰ ਦੇਣੀ ਆ ਸਹੀ ਗੱਲ ਆ ਆਪਾਂ ਐ ਨਹੀਂ ਗਾ ਬਈ 10 ਦਾ 20 ਵੀ ਬੱਕਰੀਆਂ ਘਰੇ ਰੱਖੋ ਤੇ ਸੀਮਤੀ ਰੱਖੋ ਯਾਰ ਕਿਸੇ ਕੋਲੇ ਹੋਵੇ ਨਾ ਇਹ ਬਲੱਡ ਲਾਈਨ ਉਹਨੂੰ ਯਾਰ ਵਧਾਓ ਉਹਨੂੰ ਸਹੀ ਗੱ ਤੇ ਜਿਹੜੇ ਭਰਾ ਇਹ ਵੀ ਆ ਅਗਲੇ ਦਾ ਯਰ ਮਾਨਤਾਣ ਕਰਕੇ ਆਇਆ ਕਰੋ ਬਰੀਡਰ ਵਾਲੇ ਦਾ ਹੂੰ ਉਹਦਾ ਨਾਮ ਬਣਾਓ ਉਹਨੂੰ ਪੈਸੇ ਦਿਓ ਹਾਂ ਠੀਕ ਐ 2-3000 1000 ਰੁਪਏ ਜਿੰਨਾ ਵੀ ਐ ਜਿਹੜੇ ਬਰੀਡਿੰਗ ਬਰੀਡਰ ਆ ਜਿੰਨਾਂ ਕੋਲ ਉਹ ਵੀ ਵੇਖੋ ਬਈ ਇਹ ਕਿੱਥੋਂ ਤੇ ਵਿਚਾਰਾ ਮਾਰ ਰੱਖਦਾ ਉਹਦੇ ਹਿਸਾਬ ਤੇ ਫੀਸ ਲਓ ਆਏ ਨਹੀਂ ਆਪਾਂ 5000 ਬਣ ਲਈ 10000 ਬਣ ਲਈ ਹਾਂ ਕੋਈ ਘੱਟ ਵਾਲਾ ਕਾ ਘੱਟ ਲੈ ਲਓ ਜਿਹੜਾ ਕੋਈ ਵੱਧ ਵਾਲਾ ਆਉਂਦਾ ਪੜ ਚੰਗਾ ਆਉਂਦਾ ਸਰਦਾ ਵਰਦਾ ਉਹਨੂੰ ਠੋਕ ਕੇ ਲੈ ਲਓ ਯਾਰ ਕੋਈ ਚੱਕਰ ਨਹੀਂ ਤੇ ਅਖੀਰ ਦੇ ਵਿੱਚ ਬਾਈ ਹੁਣ ਕਿਉਂਕਿ ਬਾਈ ਦੇ ਕੋਲ ਗੱਲਾਂ ਦਾ ਭੰਡਾਰ ਆ ਮੈਂ ਤੁਹਾਨੂੰ ਦੱ ਹੋ ਸਕਦਾ ਵੀਡੀਓ ਦੋ ਪਾਗਾਂ ਚ ਆਵੇ ਹਾਂਜੀ ਬਾਈ ਇਹ ਵੀਡੀਓ ਹੋ ਗਈ ਲੰਮੀ ਥੋੜੀ ਜੀ ਠੀਕ ਹੈ ਕੱਲੀ ਕੱਲੀ ਗੱਲ ਆਪਣੀ ਹੋਊਗੀ ਤੇ ਗਾਂ ਪਾ ਟਾਈਮ ਟੂ ਟਾਈਮ ਬਾਈ ਨਾਲ ਗੱਲਬਾਤ ਕਰਿਆ ਕਰਾਂਗੇ ਕਿਸੇ ਨੇ ਬੱਕਰੀ ਪਾਲਣ ਕਰਨਾ ਕੋਈ ਵੀ ਪ੍ਰੋਬਲਮ ਆਉਂਦੀ ਏ ਤੁਹਾਡਾ ਫੇਲ ਹੋ ਗਿਆ ਬਾਈ ਤਾਂ ਵੀ ਦੱਸ ਦਿਓ ਕਾਮਯਾਬ ਕਰ ਦਾਂਗੇ ਆਪਾਂ ਹਾਂ ਤੇ ਬਾਈ ਰਾਜਵੀਰ ਬਹੁਤ ਬਹੁਤ ਧੰਨਵਾਦ ਪਹਿਲੀ ਵਾਰ ਇੱਕ ਪੁਲਿਸ ਵਾਲੇ ਬਾਈ ਦੀ ਇੰਟਰਵਿਊ ਹੈ ਜਿਹੜੀ ਫਾਰਮ ਦੇ ਵਿੱਚ ਆਪਾਂ ਕਰੀ ਹੈਗੀ ਤੇ ਵੱਧ ਤੋਂ ਵੱਧ ਪਿਆਰ ਦਿਓ ਬਾਈ ਦੀ ਹੌਸਲਾ ਵਜਾਈ ਵੀ ਕਰੋ ਜੇ ਤੁਸੀਂ ਕੀਤਾ ਕਰਨਾ ਬਾਈ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰਿਓ ਕਿਉਂਕਿ ਚੰਗੀ ਨੌਲੇਜ ਹੈ ਜਿਹੜ ਅਮੇਸ਼ਾ ਤਤ ਪਰ ਰਹਿੰਦੇ ਨੇ ਤੁਹਾਨੂੰ ਦੇਣ ਦੇ ਲਈ ਗੱਲਬਾਤ ਕਰੀਏ ਡਾਕਟਰਾਂ ਦਾ ਵੀ ਇਹਨਾਂ ਕੋਲ ਕਾਫੀ ਵੱਡਾ ਗਰੁੱਪ ਹੈਗਾ ਕਿਉਂ ਬਈ ਹਾਂਜੀ ਜਿਹੜੇ ਆਪਣੇ ਕੋਲੇ ਬਈ ਬੈਸਟ ਡਾਕਟਰ ਹੈ ਇੰਡੀਆ ਦੇ ਡਾਕਟਰ ਗੁਪਤ ਸਿੰਘ ਫੂਲੇਵਾਲ ਡਾਕਟਰ ਅਵਤਾਰਵਾਸੀ ਦਿੱਲੀ ਤੋਂ ਜੇ ਮੈਂ ਸਾਡੀ ਕੱਲ ਟ੍ਰੇਨਿੰਗ ਹੋਈ ਸੀਗੀ ਡਾਕਟਰ ਜੀਵਨ ਗੁਪਤਾ ਜੀ ਆਏ ਸੀਗੇ ਵੈਟਰਨਰੀ ਹਸਪੀਟਲ ਪਟਿਆਲੇ ਦੇ ਸਾਰੇ ਡਾਇਰੈਕਟਰ ਆਉ ਵੱਡੇ ਆ ਜੀ ਉਹ ਹੋਰ ਕਿਸੇ ਪ੍ਰਾਈਵੇਟ ਟ੍ਰੇਨਿੰਗ ਤੇ ਜਾਂ ਪ੍ਰਾਈਵੇਟ ਇਵੈਂਟ 'ਚ ਹਿੱਸਾ ਨਹੀਂ ਲੈਂਦੇ। ਹਾਂ। ਉਹਨਾਂ ਨੂੰ ਸਾਡਾ ਪਤਾ ਹੈ ਬਈ ਸਾਡੀ ਹਿਸਟਰੀ ਦਾ ਪਤਾ। ਵੀ ਇੱਥੇ ਉਹ ਵੀ ਇੱਥੇ ਠੱਗਾ ਠੋਰੀ ਵਾਲਾ ਕੰਮ ਹੈ ਨੀਗਾ। ਠੀਕ ਹੈ। ਜਿਹੜਾ ਦੱਸਣਾ ਵਾਜਦੇ ਵਾਜੀ ਦੱਸਣਾ ਬਈ ਅਸੀਂ। ਜੀ। ਵੀ ਬਾਈ ਹੋਰਾਂ ਦੇ ਨਾਲ ਕਿਸੇ ਸਮੇਂ ਵੀ ਕੋਈ ਜਿਹੜੀ ਮਰਜ਼ੀ ਗੱਲ ਆ ਤੁਸੀਂ ਪੁੱਛਣੀ ਆ ਰਾਬਤਾ ਕਾਇਮ ਕਿਸੇ ਵੇਲੇ ਵੀ ਤੁਸੀਂ ਕਰ ਸਕਦੇ ਹੋ। ਵੀਡੀਓ ਕਿਵੇਂ ਲੱਗੀ? ਸ਼ੇਅਰ ਜਰੂਰ ਕਰਿਓ, ਕਮੈਂਟ ਕਰਕੇ ਬਾਈ ਦਾ ਹੌਸਲਾ ਵਧਾਈ ਜਰੂਰ ਵਧਾਓ। ਧੰਨਵਾਦ ਬਾਈ। ਧੰਨਵਾਦ ਭਰਾ।